ਅਗਰ ਤੁਸੀਂ ਪੰਜਾਬੀ ਫਿਲਮਾਂ ਨੂੰ ਕਰਦੇ ਹੋ ਪਸੰਦ ਤੇ ਪੰਜ ਲਵ ਸਟੋਰੀ ਬੇਸਡ ਪੰਜਾਬੀ ਫਿਲਮਾਂ ਦੀ ਇੱਕ ਮੈਂ ਲਿਸਟ ਬਣਾਈਏ ਜਿਨ੍ਹਾਂ ਨੂੰ ਤੁਸੀਂ ਇੱਕ ਦਫਾ ਵੇਖਣਾ ਸ਼ੁਰੂ ਕਰੋਗੇ ਤੇ ਆਪਣੇ ਘਰ ਦੇ ਆਂਬੇ ਲੰਬੇ ਵਾਲੇ ਸਾਰੇ ਕੰਮ ਭੁੱਲ ਕੇ ਤੇ ਪਹਿਲਾਂ ਫਿਲਮ ਪੂਰੀ ਕਰੋਗੇ ਤੇ ਫਿਰ ਕੋਈ ਅੱਗੇ ਕੰਮ ਕਰ ਸਕੋਗੇ ਤੇ ਚਲੋ ਵੀਡੀਓ ਸਟਾਰਟ ਕਰਨੇ ਆਂ ਔਰ ਦੇਖਨੇ ਆ ਕਿ ਕਿਹੜੀਆਂ ਉਹ ਪੰਜ ਫਿਲਮਾਂ ਨੇ ਜਿਹੜੀਆਂ ਯਕੀਨਨ ਤੁਹਾਨੂੰ ਪਸੰਦ ਆਉਣਗੀਆਂ ਹੈਨੀਆ ਸਮਾਈਲਾ ਨੰਬਰ 3 ਨੰਬਰ 5 ਤੇ ਜਿਹੜੀ ਫਿਲਮ ਆ ਰਹੀ ਏ ਉਹ ਹੈ ਸੁਫਨਾ ਐਮੀ ਵਿਰਖ ਸਾਹਿਬ ਦੀ ਇਹ ਫਿਲਮ ਹੈ ਜਿਹੜੀ 2020 ਦੇ ਵਿੱਚ ਰਿਲੀਜ਼ ਹੋਈ ਸੀ ਤੇ ਨੰਬਰ 4 ਤੇ ਜਿਹੜੀ ਆ ਰਹੀ ਏ ਉਹ ਹੈ ਲੌਂਗ ਲਾਚੀ ਨੀਰੂ ਬਜਵਾ ਸਾਹਿਬ ਦੀ ਇਹ ਫਿਲਮ ਹੈ ਜਿਹੜੀ 2018 ਦੇ ਵਿੱਚ ਰਿਲੀਜ਼ ਹੋਈ ਸੀ ਇਹ ਵੀ ਲਵ ਸਟੋਰੀ ਬੇਸਡ ਫਿਲਮ ਹੈ ਤੇ ਨੰਬਰ 3 ਤੇ ਜਿਹੜੀ ਫਿਲਮ ਆ ਰਹੀ ਹੈ ਉਹ ਹੈ ਕਿਸਮਤ 2 ਕਿਸਮਤ 2 ਵੀ ਐਮੀ ਵਿਰਖ ਸਾਹਿਬ ਦੀ ਫਿਲਮ ਹੈ ਜਿਹੜੀ 2021 ਦੇ ਵਿੱਚ ਰਿਲੀਜ਼ ਹੋਈ ਸੀ ਤੇ ਉਸ ਤੋਂ ਬਾਅਦ ਅਗਰ ਨੰਬਰ 2 ਦੀ ਗੱਲ ਕਰੀਏ ਨੰਬਰ 2 ਤੇ ਜਿਹੜੀ ਫਿਲਮ ਹੈ ਉਹ ਮੈਨੂੰ ਖੁਦ ਨੂੰ ਹੀ ਬਹੁਤ ਜ਼ਿਆਦਾ ਪਸੰਦ ਹੈ ਲੇਕ ਲੇਕ ਫਿਲਮ ਇੱਕ ਐਸੀ ਫਿਲਮ ਹੈ ਜਿਹੜੀ ਮੈਂ ਕਹਾਂਗਾ ਕਿ ਇੱਕ ਅਨਹੋਣੀ ਹੋ ਗਈ ਹੈ ਬਿਲਕੁਲ ਵੀ ਐਸੀ ਫਿਲਮ ਐਕਸਪੈਕਟ ਨਹੀਂ ਕੀਤੀ ਜਾ ਸਕਦੀ ਕਿ ਜਿਹੜੀ ਬਿਲਕੁਲ ਅਨਹੋਣੀ ਹੋ ਜਾਵੇ ਔਰ ਲੋਕਾਂ ਨੂੰ ਇਤਨੀ ਜ਼ਿਆਦਾ ਪਸੰਦ ਆ ਜਾਵੇ ਇਹ ਫਿਲਮ ਤੁਸੀਂ ਇੱਕ ਦਫਾ ਸ਼ੁਰੂ ਕਰ ਲਵੋ ਤੇ ਜਦ ਤੱਕ ਇਹ ਖਤਮ ਨਹੀਂ ਹੁੰਦੀ ਤੁਹਾਨੂੰ ਸਕੂਨ ਨਹੀਂ ਆ ਮਿਲ ਸਕਦਾ ਲੇਕ ਫਿਲਮ ਗੁਰਨਾਮ ਬੁੱਲਰ ਸਾਹਿਬ ਦੀ ਇਹ ਫਿਲਮ ਹੈ ਜਿਹੜੀ 2022 ਦੇ ਵਿੱਚ ਰਿਲੀਜ਼ ਕੋਈ ਸੀ ਤੇ ਨੰਬਰ 1 ਤੇ ਸਭ ਦੀ ਲਾਡਲੀ ਔਰ ਪਿਆਰੀ ਫਿਲਮ ਹੈ ਜਿਹੜੀ ਸਾਰਿਆਂ ਨੂੰ ਹੀ ਬਹੁਤ ਜ਼ਿਆਦਾ ਪਸੰਦ ਹੈ ਅੰਗਰੇਜ਼ ਅਰਮਣ ਉਹ ਕੋਈ ਆਜੂਗਾ ਮਿੰਦਰ ਗਿੱਲ ਸਾਹਿਬ ਦੀ ਫਿਲਮ ਹੈ ਜਿਸ ਵਿੱਚ ਸਰਗਨ ਮਹਿਤਾ ਉਸ ਤੋਂ ਬਾਅਦ ਐਮੀ ਵਿਰਕਵੀ ਨਜ਼ਰ ਆਏ ਨੇ 2015 ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਸੀ ਤੇ ਇਹ ਜਿਹੜੀਆਂ ਫਿਲਮਾਂ ਨੇ ਇਹਨਾਂ ਚੋਂ ਕੋਈ ਇੱਕ ਫਿਲਮ ਵੀ ਤੁਸੀਂ ਅਗਰ ਸ਼ੁਰੂ ਕਰ ਲੋਗੇ ਤੇ ਪੂਰੀ ਫਿਲਮ ਵੇਖਣ ਤੱਕ ਤੁਹਾਡੇ ਦਿਲ ਨੂੰ ਸਕੂਨ ਨਹੀਂ ਆ ਮਿਲ ਸਕਦਾ ਤੇ ਮਿਲਨੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਆਪਣਾ ਬਹੁਤ-ਬਹੁਤ ਖਿਆਲ ਰੱਖਿਓ ਔਰ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਿਓ